ਪਠਾਨਕੋਟ ਕੇ ਸ਼ਾਹਪੁਰ ਚੌਂਕ ਨਜ਼ਦੀਕ ਸਥਿਤ ਸ਼੍ਰੀ ਰਾਮ ਕਲੋਨੀ ਵਾਸੀਓ ਨੇ ਮੁਹੱਲੇ ਮੇਂ ਲਗਾਏ ਜਾ ਰਹੇ ਬਿਜਲੀ ਟਰਾਂਸਫਾਰਮਰ ਕੋ ਲੇਕਰ ਕੜਾ ਇਤਰਾਜ਼ ਜਤਾਇਆ। ਲੋਗੋਂ ਕਾ ਕਹਿਣਾ ਹੈ ਕਿ ਕਲੋਨੀ ਕੋ ਲਗਤੀ ਮੁਖਿਅਤਾ ਏਕ ਹੀ ਰਾਸਤੇ ਪਰ ਬਿਜਲੀ ਕਾ ਬੜਾ ਟਰਾਂਸਫਰ ਲਗਾਇਆ ਜਾ ਰਹਾ ਹੈ, ਜਬਕਿ ਯਹੀ ਕਲੋਨੀ ਮੇਂ ਬੱਚੋਂ ਨੇ ਖੇਲਣਾ ਕੁੱਦਣਾ ਹੋਤਾ ਹੈ, ਬਜ਼ੁਰਗ ਮਹਿਲਾਏ ਵਹ ਰਾਹਗੀਰ ਗਲੀ ਸੇ ਗੁਜ਼ਰਤੇ ਹੈਂ। ਖੁਦਾ ਨਾ ਖਾਸਤਾ ਬਿਜਲੀ ਟਰਾਂਸਫਾਰਮਰ ਕੇ ਕਾਰਨ ਕਿਸੀ ਕੀ ਜਾਨ ਖਤਰੇ ਮੇਂ ਨਾ ਪੜ ਜਾਏ, ਇਸਕੇ ਲੀਏ ਲੋਗੋਂ ਨੇ ਵਿਰੋਧ ਜਤਾਇਆ, ਜਬਕਿ ਇਸਕੇ ਬਾਰੇ ਮੇਂ ਬਿਜਲੀ ਵਿਭਾਗ ਕੋ ਵੀ ਚਤਾਇਆ ਜਾ ਚੁੱਕਾ ਹੈ। ਵਹੀਂ ਮਾਮਲੇ ਕੋ ਲੇਕਰ ਬਿਜਲੀ ਵਿਭਾਗ ਕੇ ਅਧਿਕਾਰੀ ਐਕਸੀਅਨ ਜਸਪਿੰਦਰ ਪਾਲ ਕਾ ਕਹਿਣਾ ਹੈ ਕਿ ਮਾਮਲਾ ਉਨਕੇ ਧਿਆਨ ਮੇਂ ਆ ਗਿਆ ਹੈ ਔਰ ਵੋ ਜਲਦ ਹੀ ਇਸਕਾ ਕੋਈ ਨਾ ਕੋਈ ਹੱਲ ਕਰਵਾ ਦੇਂਗੇ। ਸਰ, ਮੈਂ ਸ਼੍ਰੀ ਰਾਮ ਕਲੋਨੀ ਇੱਕ ਰੈਜੀਡੈਂਸ਼ੀਅਲ ਏਰੀਏ 'ਚ ਹੈ ਔਰ ਸਾਡੇ ਏਰੀਏ ਦੇ ਵਿੱਚ ਨਾ ਇੱਕ ਕਮਰਸ਼ੀਅਲ ਜਿਹੜਾ ਟਰਾਂਸਫਾਰਮ ਜੋ ਆ ਪਾਸ ਕੀਤਾ ਗਿਆ, ਜੋ ਕਿ ਸਰ ਆਪਾਂ ਸਰਕਾਰ ਅੱਗੇ ਇਹੋ ਹੀ ਦਰਖਾਸਤ ਕਰਦੇ ਹਾਂ ਕਿ ਜਿਹੜੀ ਆ ਸਾਡੇ ਟਰਾਂਸਫਾਰਮ ਨਾ ਸਾਡੇ ਘਰ ਦੇ ਸਾਹਮਣੇ ਲੱਗਣ ਦੀ ਬਜਾਏ ਕਿਤੇ ਖੁੱਲ੍ਹੀ ਥਾਂ 'ਤੇ ਲਗਾਇਆ ਜਾਏ। ਬਸ ਸਾਡੀ ਇਹੀ ਇੱਕ ਛੋਟੀ ਜਿਹੀ ਜਿਹੜੀ ਆ ਇੱਕ ਰਿਕੁਐਸਟ ਹੈਗੀ ਆ, ਹੋਰ ਸਾਨੂੰ ਕੋਈ ਪ੍ਰੋਬਲਮ ਨਹੀਂ ਆ, ਤਾਰ ਪਾਣ ਜੋ ਮਰਜ਼ੀ ਆ, ਲੇਕਿਨ ਜਿਹੜਾ ਟਰਾਂਸਫਾਰਮ ਹੈ ਉਹ ਕਿਤੇ ਬਾਹਰ ਖੁੱਲ੍ਹੀ ਜਗ੍ਹਾ 'ਤੇ ਲਗਾਇਆ ਜਾਏ ਔਰ ਉੱਥੋਂ ਦੀ ਵਾਇਰ ਖਿੱਚੀ ਜਾਏ। ਅੱਛਾ ਜੀ। ਹਾਂਜੀ ਹਾਂਜੀ, ਆਪਾਂ ਸਪੀਡ ਪੋਸਟ ਮੇਲ ਦੇ ਥਰੂ ਆਪਾਂ ਜਿਹੜੀ ਆ ਐਪਲੀਕੇਸ਼ਨ ਭੇਜੀਆਂ ਸੀਗੀਆਂ ਔਰ ਉਹਦੇ ਵਿੱਚ ਵੀ ਇਹੀ ਆਪਾਂ ਦੱਸਿਆ ਗਿਆ ਵਾ ਕਿ ਭਾਅ ਜੀ ਜਿਹੜਾ ਆ ਕਿ ਗਲੀ ਸਾਡੀ ਛੋਟੀ ਆ, ਬੱਚੇ ਖੇਡਦੇ ਆ ਅਤੇ ਜਿਹੜਾ ਹੈ ਕਿ ਕੱਲ੍ਹ ਨੂੰ ਕੋਈ ਵੀ ਜਾਨ ਮਾਲ ਦਾ ਕੋਈ ਵੀ ਖਤਰਾ ਹੋ ਸਕਦਾ, ਅਤੇ ਉਸ ਤੋਂ ਬੈਟਰ ਇਹੀ ਆ ਕਿ ਟਰਾਂਸਫਾਰਮ ਜਿਹੜਾ ਆ ਸਾਡਾ ਗਲੀ ਦੇ ਘਰ ਦੇ ਸਾਹਮਣੇ ਲੱਗਣ ਦੀ ਬਜਾਏ ਕਿਤੇ ਖੁੱਲ੍ਹੀ ਥਾਂ 'ਤੇ ਲਗਾਇਆ ਜਾਏ। ਔਰ ਹਾਲੇ ਤੱਕ ਉਹ ਅੱਜ ਬਿਜਲੀ ਵਿਭਾਗ ਵਾਲੇ ਆਏ ਆ ਔਰ ਉਹਨਾਂ ਨੇ ਸਾਨੂੰ ਇੰਨੀ ਗੱਲ ਤਾਂ ਕਹੀ ਹੈ ਕਿ ਅਸੀਂ ਤਾਰ ਵਿਛਾ ਰਹੇ ਹਾਂ, ਬਾਕੀ ਅਸੀਂ ਅਫਸਰਾਂ ਨਾਲ ਆਪਣੇ ਸਾਹਿਬ ਉਹਨਾਂ ਨਾਲ ਗੱਲ ਕਰਕੇ ਜਿਹੜਾ ਟਰਾਂਸਫਾਰਮ ਆ ਬਾਹਰ ਕੱਢਣ ਦੀ ਕੋਸ਼ਿਸ਼ ਕਰਾਵਾਂਗੇ। ਬਟ ਉਹਨਾਂ ਨੇ ਇੰਨੀ ਗੱਲ ਕੀਤੀ ਆ, ਹਲੇ ਕਢਾਵਾਂਗੇ ਕੱਢਾਂਗੇ ਇਹ ਬਾਅਦ ਦੀ ਗੱਲ, ਇਹ ਪਤਾ ਨਹੀਂ ਹਲੇ ਕੀ ਕਰਦੇ। ਸਾਨੂੰ ਸਿਰਫ ਇੰਨਾ ਕਿਹਾ ਗਿਆ ਆ ਕਿ ਜਿਹੜਾ ਟਰਾਂਸਫਾਰਮ ਹਲੇ ਤਾਰ ਵਿਛਾਉਣ ਦਿਓ, ਬਾਕੀ ਜਿਹੜਾ ਟਰਾਂਸਫਾਰਮ ਆ ਅਸੀਂ ਬਾਹਰ ਲਵਾਵਾਂਗੇ। ਬਾਕੀ ਸਾਡੀ ਇਹੀ ਅਪੀਲ ਆ ਕਿ ਜਿਹੜਾ ਟਰਾਂਸਫਾਰਮ ਆ ਉਹ ਬਾਹਰ ਹੀ ਲੱਗਿਆ ਜਾਏ, ਤਾਂ ਕਿ ਨਾ ਸਾਨੂੰ ਇਨ ਫਿਊਚਰ ਬਜ਼ੁਰਗਾਂ ਨੂੰ ਕੋਈ ਦਿੱਕਤ ਆਏ, ਨਾ ਬੱਚਿਆਂ ਨੂੰ ਇੱਥੇ ਖੇਡਦੇ ਦਿੱਕਤ ਆਏ, ਤਾਂ ਕਿ ਕੱਲ੍ਹ ਨੂੰ ਐਵੇਂ ਨਾ ਹੋਏ ਕੋਈ ਸ਼ਾਰਟ ਸਰਕਟ ਹੋ ਜਾਵੇ ਜਾਂ ਕੁਛ ਵੀ ਹੋਏ ਜਿਹਦਾ ਨੁਕਸਾਨ ਹੋਏ, ਜਾਨ ਮਾਲ ਦਾ ਨੁਕਸਾਨ ਹੋਏ। ਜਿਹੜਾ ਤੁਸੀਂ ਮੇਰੇ ਧਿਆਨ 'ਚ ਲਿਆਂਦਾ ਸ਼੍ਰੀ ਰਾਮ ਕਲੋਨੀ 'ਚ ਜਿਹੜਾ ਟਰਾਂਸਫਾਰਮ ਲੱਗ ਰਿਹਾ ਹੈਗਾ, ਮੈਨੂੰ ਤੁਹਾਡੇ ਮਾਧਿਅਮ ਰਾਹੀਂ ਹੀ ਪਤਾ ਲੱਗਾ ਹੈਗਾ ਵੀ ਕੀ ਆ। ਮੈਂ ਐਸ ਜੀ ਓ ਨਾਲ ਮੇਰੀ ਹੋਈ ਹੈ ਗੱਲ, ਅਤੇ ਮੌਕਾ ਦੇਖਣ ਲਈ ਉਹਨਾਂ ਨੂੰ ਕਹਿ ਦਿੱਤਾ ਗਿਆ ਹੈਗਾ, ਜਿੱਥੇ ਜੋ ਉਚਿਤ ਹੋਏਗਾ ਕਾਨੂੰਨ ਦੇ ਤਹਿਤ ਉੱਥੇ ਹੀ ਲੱਗੇਗਾ ਟਰਾਂਸਫਾਰਮਰ, ਕਿਸੇ ਨਾਲ ਨਜਾਇਜ਼ ਨਹੀਂ ਕੀਤੀ ਜਾਏਗੀ। ਨਮਸਕਾਰ। ਦੁਨੀਆ ਦੀ ਬਿਹਤਰੀਨ ਕੈਥ ਲੈਬ ਵਾਈਟ ਮੈਡੀਕਲ ਕਾਲਜ ਐਂਡ ਹਾਸਪਿਟਲ ਬੁੰਗਲ 'ਚ ਅਸਟੈਬਲਿਸ਼ ਹੋ ਗਈ ਹੈ। ਸਿੱਧਾ ਵਾਈਟ ਮੈਡੀਕਲ ਕਾਲਜ 'ਚ ਆਓ, ਇਲਾਜ ਕਰਾਓ। ਸਲਾਹ ਰਿਹਾ ਤੁਹਾਡਾ ਭਰਾ ਤੁਹਾਡੇ ਦੁੱਖ ਸੁੱਖ 'ਚ ਹਾਜ਼ਰ ਹੈ। ਧੰਨਵਾਦ।